ਤਾਂ ਉਹੀ ਪੁਰਾਣੀ ਮੰਗ ਪੇ ਕਮਿਸ਼ਨ ਨੂੰ ਜਿਹੜਾ ਇਹਨਾਂ ਨੇ ਦਿੱਤਾ ਬਿਲਕੁਲ ਜਿਹਨੂੰ ਮੁਲਾਜ਼ਮਾਂ ਨੇ ਰਿਜੈਕਟ ਕਰਤਾ ਉਸ ਨੂੰ ਦੁਬਾਰਾ ਜਿਹੜਾ ਸੋਧ ਕੇ ਸਾਨੂੰ 2.72 ਦੇ ਨਾਲ ਜਿਹੜਾ ਉਹ ਦਿੱਤਾ ਜਾਵੇ ਕਿਉਂਕਿ ਇਹਨਾਂ ਨੇ ਸੋਧ ਪੱਤਰ ਤੇ ਜਾਰੀ ਕਰਤਾ ਉਸ ਸੋਧ ਪੱਤਰ ਦੇ ਵੀ 15% ਦਾ ਵਾਅਦਾ ਕੀਤਾ ਸੀ ਵੀ ਹਰ ਮੁਲਾਜ਼ਮ ਨੂੰ ਮਿਲੂ ਆਪ ਜੀ ਦੇ ਸਾਹਮਣੇ ਪੰਜਾਬ ਭਵਨ ਦੇ ਵਿੱਚ ਵਿੱਤ ਮੰਤਰੀ ਸਾਹਿਬ ਇਹ ਕਹਿ ਕੇ ਗਏ ਸੀਗੇ ਕਿ ਮੈਂ ਹਰ ਇੱਕ ਮੁਲਾਜ਼ਮ ਨੂੰ 15% ਦਾ ਫਾਇਦਾ ਦਊਂਗਾ ਲੇਕਿਨ ਹੁਣ 1/1/2016 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਇਸ ਦਾ ਲਾਭ ਨਹੀਂ ਦਿੱਤਾ ਜਾ ਰਿਹਾ ਔਰ ਨਾਲ ਦੇ ਨਾਲ ਹੀ 1/1/2016 ਤੋਂ ਬਾਅਦ ਜਿਹੜੇ ਪ੍ਰਮੋਟ ਹੋਏ ਮੁਲਾਜ਼ਮਾਂ ਉਹਨਾਂ ਨੂੰ ਵੀ ਇਹਦਾ ਫਾਇਦਾ ਨਹੀਂ ਦਿੱਤਾ ਜਾ ਰਿਹਾ ਨਾਲ ਦੀ ਨਾਲ ਜਿਹੜੇ ਮਲਾ ਸਾਡਾ ਜਿਹੜਾ ਡੀਐਸ 113% ਦੇ ਵਿੱਚ ਕਾਊਂਟ ਕੀਤਾ ਗਿਆ ਜਦਕਿ ਉਹ 125% ਚਾਹੀਦਾ ਸੀ ਇਹਦੇ ਵਿੱਚ ਇੱਕ ਹੋਰ ਜੱਗੋ 13ਵੀਂ ਗੱਲ ਕਰਤੀ ਕਿ ਮੁਲਾਜ਼ਮਾਂ ਨੂੰ ਇਸ ਪੱਤਰ ਅਨੁਸਾਰ ਬਣਦਾ 15% ਦੇ ਹਿਸਾਬ ਨਾਲ ਏਰੀਅਰ ਨਹੀਂ ਦਿੱਤਾ ਜਾਏਗਾ ਜਦੋਂ 2016 ਤੋਂ ਬਣਦਾ ਸੀ ਉਦੋਂ ਨਹੀਂ ਦਿੱਤਾ ਗਿਆ ਤੇ 2016 'ਚ ਜਿਹੜੀ ਤਨਖਾਹ ਸਾਨੂੰ ਮਿਲਣੀ ਸੀ ਹੁਣ ਤੱਕ ਜਿਹੜਾ ਬੈਲੈਂਸ ਆ ਉਹ ਤੇ ਦੇਣਾ ਬਣਦਾ ਸਰਕਾਰੀ ਖਜ਼ਾਨੇ 'ਚ ਚਲੇਗੀ ਉਹ ਕਿਉਂ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਅਸੀਂ ਇਹ ਪੇ ਕਮਿਸ਼ਨ ਰਿਜੈਕਟ ਕਰਤਾ ਇਤੋਂ ਸਵਾਏ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਪੱਕੇ ਕਰਨ ਬਾਰੇ ਜਿਹੜੀ ਤਜਵੀਜ਼ ਆ ਸਰਕਾਰ ਦੀ ਉਹਨੂੰ ਰਿਜੈਕਟ ਕਰਦੇ ਆ ਕਿਉਂਕਿ ਇਸ ਤਜਵੀਜ਼ ਦੇ ਅਨੁਸਾਰ 10 ਸਾਲ ਦਾ ਜਿਹੜਾ ਟਾਈਮ ਰੱਖਿਆ ਗਿਆ ਜਿਹੜਾ ਕਹਿ ਲਓ ਵੀ ਤੁਸੀਂ ਤਜਰਬਾ ਉਹ ਅਸੀਂ ਕਹਿੰਦੇ ਘਟਾ ਕੇ 5 ਸਾਲ ਜਾਂ 3 ਸਾਲ ਕੀਤਾ ਜਾਵੇ ਜਿਵੇਂ ਹਿਮਾਚਲ ਗਵਰਨਮੈਂਟ ਨੇ ਕੀਤਾ ਇਹਦੇ ਨਾਲ ਨਾਲ ਜਿਹੜੇ ਉਹਦੇ ਵਿੱਚ ਹੋਰ ਇੱਕ ਮੱਦ ਪਾਈ ਆ ਕਿ ਜਿਹੜੀਆਂ ਸੈਂਕਸ਼ਨ ਪੋਸਟਾਂ ਦੇ ਅਗੇਂਸਟ ਸੈਂਕਸ਼ਨ ਪੋਸਟਾਂ ਦੀ ਤੁਸੀਂ ਜਿਹੜੀ ਆ ਰੀਸਟ੍ਰਕਚਰਿੰਗ ਕਰਕੇ ਖਤਮ ਕਰ ਰਹੇ ਹੋ ਉਹ ਆਉਣਗੇ ਕਿਹੜੀਆਂ ਪੋਸਟਾਂ ਤੇ ਗੱਲ ਇਹ ਆ ਸੋ ਦੂਜੀ ਗੱਲ ਆਊਟਸੋਰਸ ਦੀ ਪ੍ਰਥਾ ਦੇ ਅਸੀਂ ਉਲਟਾ ਕਿ ਆਊਟਸੋਰਸ ਪਤਾ ਖਤਮ ਕਰਕੇ ਉਹਦੀ ਥਾਂ ਤੇ ਪੱਕੇ ਮੁਲਾਜ਼ਮ ਰੱਖੇ ਜਾਣ ਉਹਨਾਂ ਨੂੰ ਕੰਟਰੈਕਟ ਤੇ ਘੱਟੋ ਘੱਟ ਲੈ ਲਿਆ ਜਾਵੇ ਇਹਦੇ ਨਾਲ ਨਾਲ ਪੁਰਾਣੀ ਪੈਨਸ਼ਨ ਜਿਹੜੀ ਆ ਬਹਾਲ ਕੀਤੀ ਜਾਵੇ 15/1/15 ਦਾ ਲੈਟਰ ਆ ਉਹਨੂੰ ਵਾਪਸ ਕੀਤਾ ਜਾਵੇ ਸਹਿਮਤ ਪੇ ਕਮਿਸ਼ਨ ਜਿਹੜੇ 2020 ਤੋਂ ਬਾਅਦ ਭਰਤੀ ਹੋਣਗੇ ਉਹ ਕੈਨਸਲ ਕੀਤਾ ਜਾਵੇ ਇਹਦੇ ਨਾਲ ਨਾਲ ਜਿਹੜੇ 24 ਕੈਟਾਗਰੀਆਂ ਨੂੰ ਟਾਈਪ ਦੀ ਮਿਸਟੇਕ ਕਰਕੇ ਰਿਵਾਈਜ਼ ਪੇ ਸਕੇਲਾਂ ਦਾ ਨਹੀਂ ਫਾਇਦਾ ਉਹ ਦਿੱਤਾ ਜਾਵੇ ਅਨਰਿਵਾਈਜ਼ ਜਿਹੜੇ ਰਹਿ ਗਏ ਸੀ ਉਹਨਾਂ ਦੇ ਸਕੇਲ ਰਿਵਾਈਜ਼ ਕੀਤੇ ਗਏ ਇਹ ਮੁੱਖ ਮੰਗਾਂ ਜੇ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ